ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ ਜਿਹੜਾ ਤਾਜ਼ਾ ਬਿਆਨ ਆਇਆ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਕਿ ਜਿਹੜੇ ਕੈਨੇਡਾ ਦੇ ਵਜ਼ੀਰ ਨੇ ਸੱਜਣ ਸਿੰਘ ਜੀ ਉਹ ਇੱਕ ਖਾਲਿਸਤਾਨੀ ਹਮਾਇਤੀ ਨੇ ਜਾਂ ਖਾਲਿਸਤਾਨੀ ਸਿੰਪਥਾਈਜ਼ਰ ਨੇ ਮੈਂ ਸਮਝਦਾ ਕਿ ਇਹ ਬੜਾ ਅਫਸੋਸਨਾਕ ਬਿਆਨ ਆ ਉਹਨਾਂ ਦਾ ਕਿਉਂਕਿ ਸਾਡੇ ਲੋਕਾਂ ਨੇ ਜਾ ਕੇ ਪੰਜਾਬੀਆਂ ਨੇ ਸਿੱਖਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਆਪਣੀ ਕੌਮ ਆਪਣੇ ਸੂਬੇ ਆਪਣੇ ਦੇਸ਼ ਦਾ ਮਾਣ ਵਧਾਇਆ ਵਾ ਉਹਨਾਂ ਨੇ ਉੱਥੇ ਬਹੁਤ ਜੱਦੋਜਹਿਦ ਕਰਕੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਤਕਰੀਬਨ 100 ਸਾਲ ਪਿੱਛੇ ਇਤਿਹਾਸ ਜਾਂਦਾ ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਦੇ ਵਿੱਚ ਆਪਣੇ ਪੂਰਵਜ ਉਹ ਜਦੋਂ ਜਾ ਕੇ ਉਹਨਾਂ ਨੇ ਇੱਕ ਫੋਰਨ ਲੈਂਡ ਵਿੱਚ ਮਿਹਨਤ ਮੁਸ਼ੱਕਤ ਕਰਕੇ ਆਪਣੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਲਿਆ ਸੀਗਾ ਉਦੋਂ ਤੋਂ ਜੱਦੋਜਹਿਦ ਚੱਲ ਰਹੀ ਆ ਔਰ ਹੁਣ ਪਿੱਛੇ ਜਿਹੜੀਆਂ ਚੋਣਾਂ ਹੋਈਆਂ ਉਹਦੇ 'ਚ ਸ਼ਾਇਦ 18 ਮੈਂਬਰ ਪਾਰਲੀਮੈਂਟ ਚੁਣ ਕੇ ਆਏ ਆਪਣੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਔਰ ਉਹਨਾਂ ਵਿੱਚੋਂ ਜਸਟਿਨ ਟਰੂਡੋ ਜਦੋਂ ਪ੍ਰਾਈਮ ਮਿਨਿਸਟਰ ਬਣੇ ਕਿਉਂਕਿ ਪੰਜਾਬੀਆਂ ਦਾ ਬਹੁਤ ਵੱਡਾ ਉੱਥੇ ਇੱਕ ਇਸ ਵਕਤ ਪਾਪੂਲੇਸ਼ਨ ਹੈ ਤਾਂ ਜਦੋਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ 4 ਸਿੱਖਾਂ ਨੂੰ ਆਪਣੀ ਕੈਬਨਿਟ ਵਿੱਚ ਲਿਆ ਇੱਥੇ ਇੱਕ ਵਾਰ ਇਹ ਵੀ ਮਜ਼ਾਕ ਬਣਿਆ ਸੀਗਾ ਕਿ ਇਸ ਦੇਸ਼ ਵਿੱਚ ਇੰਡੀਆ 'ਚ ਇੰਨੇ ਸਿੱਖ ਵਜ਼ੀਰ ਨਹੀਂ ਗਏ ਜਿੰਨੇ ਕੈਨੇਡੀਅਨ ਗਵਰਨਮੈਂਟ ਵਿੱਚ ਆਪਣੇ ਸਿੱਖ ਵਜ਼ੀਰ ਨੇ ਇਹ ਪ੍ਰਾਈਮ ਮਿਨਿਸਟਰ ਨੇ ਇੱਕ ਜਸਟਿਨ ਟਰੂਡੋ ਨੇ ਮੋਦੀ ਨੂੰ ਇੱਕ ਟਿੱਚਰ ਵੀ ਕੀਤੀ ਸੀਗੀ ਇਹ ਤਾਂ ਸਾਡੀ ਉੱਥੇ ਇੱਕ ਪ੍ਰਾਪਤੀ ਹੋਈ ਕਿ ਇੱਕ ਬੇਗਾਨੇ ਮੁਲਕ ਦੇ ਵਿੱਚ ਜਾ ਕੇ ਉੱਥੇ ਸਾਡੇ ਲੋਕਾਂ ਨੇ ਬਹੁਤ ਮਿਹਨਤ ਕਰਕੇ ਮੁਸ਼ੱਕਤ ਕਰਕੇ ਆਪਣਾ ਨਾਮ ਬਣਾਇਆ ਅਤੇ ਆਪਣੀ ਮੈਰਿਟ ਦੇ ਆਧਾਰ ਦੇ ਉੱਤੇ ਉੱਥੇ ਤੁਹਾਨੂੰ ਪਤਾ ਕਿ ਕੋਈ ਸਿਫਾਰਿਸ਼ ਤਾਂ ਚੱਲਣੀ ਨਹੀਂ ਜਿੱਦਾਂ ਇੱਥੇ ਪੰਜਾਬ ਦੇ ਵਿੱਚ ਵਜ਼ੀਰ ਬਣਦੇ ਨੇ ਖੁਸ਼ਾਮਦ ਨਾਲ ਪੈਸੇ ਨਾਲ ਉੱਥੇ ਤਾਂ ਪਿਓਰ ਮੈਰਿਟ ਦੇ ਆਧਾਰ ਦੇ ਉੱਤੇ ਫੈਸਲੇ ਲਏ ਜਾਂਦੇ ਨੇ ਸੋ ਇਹ ਜਿਹੜਾ ਕੈਪਟਨ ਸਾਹਿਬ ਨੇ ਤੋਹਮਤ ਲਾਈ ਆ ਇਹਦੇ ਨਾਲ ਕੀ ਹੁੰਦਾ ਵਾ ਕਿ ਇਹਦੇ ਨਾਲ ਸਗੋਂ ਆਪਣਾ ਅਕਸ ਦੁਨੀਆ ਭਰ ਦੇ ਵਿੱਚ ਸਿੱਖਾਂ ਅਤੇ ਪੰਜਾਬੀਆਂ ਦਾ ਖਰਾਬ ਹੁੰਦਾ ਵਾ ਉੱਥੇ ਸ਼ੁਭਾ ਪੈਦਾ ਹੁੰਦਾ ਉੱਥੇ ਸ਼ੱਕ ਪੈਦਾ ਹੁੰਦਾ ਉਹਨਾਂ ਲੋਕਾਂ ਦੇ ਵਿੱਚ ਉਹਨਾਂ ਦੇ ਜਿਹੜੇ US ਅਤੇ ਕੈਨੇਡਾ ਅਤੇ ਦੁਨੀਆ ਭਰ ਵਿੱਚ ਬੈਠੇ ਜਿਹੜੇ ਸਿਟੀਜ਼ਨਸ ਨੇ ਜਿਹੜੇ ਗੈਰ ਸਿੱਖ ਗੈਰ ਪੰਜਾਬੀ ਨੇ ਉਹ ਇਹਨਾਂ 'ਤੇ ਸ਼ੰਕਾ ਕਰਨਗੇ ਕਿ ਇਹਨਾਂ ਦੇ ਆਪਣੀ ਕੌਮ ਦੇ ਬੰਦੇ ਇਹਨਾਂ ਦੇ ਆਪਣੇ ਸੂਬੇ ਦੇ ਬੰਦੇ ਇਹਨਾਂ ਨੂੰ ਇੱਕ ਖਾਲਿਸਤਾਨੀ ਸਿੰਪਥਾਈਜ਼ਰ ਦੱਸ ਰਹੇ ਨੇ ਔਰ ਉਹਨਾਂ 'ਤੇ ਇਲਜ਼ਾਮ ਲਾ ਰਹੇ ਨੇ ਤਾਂ ਉਹਨਾਂ ਦੀ ਇੱਕ ਉਹਨਾਂ ਦਾ ਮਾਣ ਅਤੇ ਸਤਿਕਾਰ ਉੱਥੇ ਘੱਟਦਾ ਵਾ ਇਸ ਲਈ ਮੈਨੂੰ ਇਹ ਉਮੀਦ ਕੈਪਟਨ ਅਮਰਿੰਦਰ ਸਿੰਘ ਤੋਂ ਨਹੀਂ ਸੀਗੀ ਕਿਸੇ ਹੋਰ ਕੋਈ BJP RSS ਦਾ ਕੋਈ ਕੱਟੜਵਾਦੀ ਕੋਈ ਬੰਦਾ ਇਹ ਇਲਜ਼ਾਮ ਲਾਉਂਦਾ ਤਾਂ ਸ਼ਾਇਦ ਸਾਨੂੰ ਸਮਝ ਆਉਂਦੀ ਸੀਗੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਵਾ ਕਿ ਮੈਨੂੰ ਇਹਨਾਂ ਨੇ ਪਿੱਛੇ ਜਦੋਂ ਕੈਨੇਡਾ ਜਾਣਾ ਚਾਹੁੰਦੇ ਸੀਗੇ ਕਿ ਮੈਨੂੰ ਇਹਨਾਂ ਨੇ ਕੈਨੇਡਾ ਜਾਣ ਦੇ ਵਿੱਚ ਮੁਦਾਖਲਤ ਕੀਤੀ ਇਹਨਾਂ ਲੋਕਾਂ ਨੇ ਮੇਰੀ ਜਿਹੜੀ ਫੇਰੀ ਸੀ ਉਸ ਨੂੰ ਰੋਕਿਆ ਦੇਖੋ ਇਹ ਗੱਲ ਆ ਕਿ ਫਿਰ ਮੈਂ ਕਹਿਣਾ ਚਾਹੁੰਦਾ ਕਿ ਚਾਹੇ ਉਹ USA ਆ ਚਾਹੇ ਵੈਸਟਰਨ ਹੋਰ ਡੈਮੋਕ੍ਰੇਸੀਜ਼ ਨੇ ਆਪਾਂ ਜੇ ਇਹ ਕਹੀਏ ਜੀ ਕਿ ਉਹ ਪਿਕ ਐਂਡ ਚੂਜ਼ ਕਰਕੇ ਪੋਲਿਸੀ ਬਣਾਉਂਦੇ ਉਹ ਗਲਤ ਗੱਲ ਆ ਕੈਨੇਡਾ ਦੀ ਗਵਰਨਮੈਂਟ ਨੇ ਇਸ ਕਰਕੇ ਉੱਥੇ ਲੋਕਾਂ ਨੂੰ ਰੋਕਿਆ ਸੀਗਾ ਕਿਉਂਕਿ ਉਹਨਾਂ ਦੇ ਲਾਅ ਐਂਡ ਆਰਡਰ 'ਤੇ ਇਫੈਕਟ ਹੋ ਰਿਹਾ ਸੀਗਾ ਅਗਰ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਮਈ ਦੇ ਵਿੱਚ ਤਕਰੀਬਨ ਅਪ੍ਰੈਲ ਮਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ USA ਦੀ ਫੇਰੀ 'ਤੇ ਸੀਗੇ ਔਰ ਜਦੋਂ ਉਹ ਮੀਟਿੰਗਾਂ ਕਰਦੇ ਸੀ ਤਾਂ ਉੱਥੇ ਕੁਛ ਲੋਕ ਉਹਨਾਂ ਦਾ ਵਿਰੋਧ ਕਰਨ ਲਈ ਆਉਂਦੇ ਸੀ ਉੱਥੇ ਉਹਨਾਂ 'ਤੇ ਬੋਤਲਾਂ ਮਾਰਦੇ ਸੀ ਉਹਨਾਂ 'ਤੇ ਨਾਰੇ ਉਲਟ ਲਾਉਂਦੇ ਸੀ ਤਾਂ ਕੈਨੇਡੀਅਨ ਗਵਰਨਮੈਂਟ ਨੇ ਸੋਚਿਆ ਕਿ ਇਹ ਸਾਰਾ ਵਾਤਾਵਰਨ ਅਗਰ ਅਮੈਰੀਕਾ ਦੇ ਵਿੱਚ ਲਾਅ ਐਂਡ ਆਰਡਰ ਇਸ਼ੂ ਹੋ ਰਿਹਾ ਵਾ ਤਾਂ ਹੋ ਸਕਦਾ ਜੇ ਕੈਨੇਡਾ ਵਿੱਚ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਪੋਲੀਟੀਕਲ ਬੰਦੇ ਆਏ ਤਾਂ ਸਾਡੀ ਜਿਹੜੀ ਆ ਅਮਨ ਸ਼ਾਂਤੀ ਆ ਉਹ ਸ਼ਾਇਦ ਉਸ ਨੂੰ ਖਤਰੇ 'ਚ ਪੈਂਦਾ ਔਰ ਉਹਨਾਂ ਨੇ ਇੱਕ ਬੇਸਿਕਲੀ ਇੱਕ ਡਾਇਰੈਕਸ਼ਨ ਦਿੱਤੀ ਜਾਂ ਕਹਿ ਲਓ ਜਾਂ ਕੋਈ ਉਹਨਾਂ ਨੇ ਫੈਸਲਾ ਲੈ ਲਿਆ ਕਿ ਕੈਨੇਡਾ ਦੇ ਵਿੱਚ ਸਾਰੇ ਉੱਦਾਂ ਵੈਲਕਮ ਨੇ ਲੇਕਿਨ ਜੇ ਤੁਸੀਂ ਕਹੋ ਕਿ ਇੱਥੇ ਆਣ ਕੇ ਰਾਜਨੀਤਿਕ ਮੀਟਿੰਗਾਂ ਕਰਕੇ ਪੈਸੇ ਇਕੱਠੇ ਕਰਨੇ ਨੇ ਉਸ 'ਤੇ ਉਹਨਾਂ ਨੇ ਪਾਬੰਦੀ ਲਾ ਦਿੱਤੀ ਉਹ ਪਾਬੰਦੀ ਸਭਲੀ ਸੀ ਉਹ ਆਮ ਆਦਮੀ ਪਾਰਟੀ ਵਾਸਤੇ ਅਕਾਲੀਆਂ ਵਾਸਤੇ ਕਿਉਂਕਿ ਅਕਾਲੀ ਵੀ ਜਦੋਂ ਗਏ ਸੀਗੇ ਅਮਰੀਕਾ ਉਹਨਾਂ ਨੂੰ ਤੁਹਾਨੂੰ ਯਾਦ ਹੈ ਕਿ ਕਿਸ ਤਰ੍ਹਾਂ ਹਾਹਾਕਾਰ ਮੱਚੀ ਸੀ ਕਿਸ ਤਰ੍ਹਾਂ ਉਹਨਾਂ ਦੀ ਤੋਹੀਨ ਹੋਈ ਸੀ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਉਹਨਾਂ ਨੇ ਕਹਿਤਾ ਕਿ ਕੋਈ ਵੀ ਆਣ ਕੇ ਕੈਨੇਡੀਅਨ ਸੋਇਲ ਦੇ ਉੱਤੇ ਪੋਲੀਟਿਕਸ ਨਹੀਂ ਕਰ ਸਕਦਾ ਅਤੇ ਪੈਸੇ ਦਾ ਆਦਾਨ ਪ੍ਰਦਾਨ ਨਹੀਂ ਕਰ ਸਕਦਾ ਇਹ ਪਾਬੰਦੀ ਤਾਂ ਸਭ ਲਈ ਸੀਗੀ ਆਈ ਡੋਂਟ ਥਿੰਕ ਐਨੀਬਡੀ ਵੈਂਟ ਦੇਅਰ ਅਤੇ ਅਗਰ ਕੈਪਟਨ ਅਮਰਿੰਦਰ ਸਿੰਘ ਨੂੰ ਰੋਕਿਆ ਤਾਂ ਸਮਝੋ ਕਿ ਸਾਰਿਆਂ ਨੂੰ ਰੋਕਿਆ ਸੀਗਾ ਇਸ ਲਈ ਸਿਰਫ ਆਪਣੀ ਪਾਬੰਦੀ ਨੂੰ ਲੈ ਕੇ ਅਤੇ ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀਆਂ ਅਤੇ ਸਿੱਖਾਂ 'ਤੇ ਇਹ ਇਲਜ਼ਾਮ ਲਾ ਦੇਣਾ ਆਈ ਐਮ ਵੈਰੀ ਵੈਰੀ ਸੈਡੈਂਟ ਕਿਉਂਕਿ ਕੈਨੇਡਾ ਇੱਕ ਆਜ਼ਾਦ ਮੁਲਕ ਆ ਉੱਥੇ ਫਰੀਡਮ ਆਫ ਸਪੀਚ ਕੰਪਲੀਟ ਹੈ ਅਨਲਾਈਕ ਆਵਰ ਕੰਟਰੀ
ਔਰ ਤੁਸੀਂ ਦੇਖਿਆ ਕਿ ਕਿੱਦਾਂ ਪਿੱਛੇ ਕੈਨੇਡੀਅਨ ਜਿਹੜੀ ਓਨਟੇਰੀਓ ਸਟੇਟ ਹੈ, ਬਹੁਤ ਵੱਡੀ ਸਟੇਟ ਹੈ, ਉਹਨਾਂ ਦੀ ਅਸੈਂਬਲੀ ਨੇ ਇਹ ਵੀ ਪਾਸ ਕੀਤਾ ਕਿ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ 1984 ਦੇ ਵਿੱਚ, 32 ਸਾਲ ਤੋਂ ਜਦੋਂ ਇੱਥੇ ਇਨਸਾਫ਼ ਨਹੀਂ ਮਿਲ ਰਿਹਾ ਸੀਗਾ, ਅਤੇ ਉਹਨਾਂ ਨੇ ਤਾਂ ਉਹਦੇ ਹੱਕ ਵਿੱਚ ਇੱਕ ਮਤਾ ਪਾਸ ਕਰਕੇ ਕਿਹਾ ਕਿ ਇਹ ਜਿਹੜਾ ਕਤਲੇਆਮ ਸੀ ਇਹ ਅਸਲ ਵਿੱਚ ਕਤਲੇ ਰਾਈਟਿੰਗ ਨਹੀਂ ਸੀ, ਇਹ ਸਿੱਖ ਜੈਨੋਸਾਈਡ ਸੀ, ਯਾਨੀ ਕਿ ਮਨੁੱਖਤਾ ਦਾ ਕਹਾਣ ਸੀ। ਐਡਾ ਵੱਡਾ ਮਤਲਬ ਮਤਾ ਪਾਸ ਕੀਤਾ ਆਪਣੇ ਹੱਕ ਵਿੱਚ। ਔਰ ਅਮਰਿੰਦਰ ਸਿੰਘ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਇਹਨਾਂ ਨੇ ਵੀ ਓਪਰੇਸ਼ਨ ਬਲੂ ਸਟਾਰ 'ਤੇ ਪ੍ਰੋਟੈਸਟ ਵਜੋਂ ਉਸ ਵਕਤ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ, ਪਟਿਆਲੇ ਦੇ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਇਹਨਾਂ ਨੇ ਅਸਤੀਫਾ ਦਿੱਤਾ ਸੀ। ਕਿਉਂ ਦਿੱਤਾ ਸੀਗਾ? ਕਿਉਂਕਿ ਇਹਨਾਂ ਨੂੰ ਬੁਰਾ ਲੱਗਿਆ ਸੀਗਾ ਕਿ ਸਾਡੇ ਦਰਬਾਰ ਸਾਹਿਬ 'ਤੇ ਫੌਜਾਂ ਨੇ ਹਮਲਾ ਕੀਤਾ ਵਾ। ਅਤੇ ਜਦ ਹੁਣ ਕੈਨੇਡਾ ਦੀ ਅਸੈਂਬਲੀ ਪਾਸ ਕਰ ਗਈ, ਤੁਹਾਨੂੰ ਸਵਾਗਤ ਕਰਨਾ ਚਾਹੀਦਾ, ਸਗੋਂ ਤਾਂ ਆਪਾਂ ਨੂੰ ਤਾਂ ਸਗੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਨਾ ਚਾਹੀਦਾ। ਮੈਂ ਇਸ ਨੂੰ ਪ੍ਰਾਈਵੇਟ ਮੈਂਬਰਸ ਬਿੱਲ ਦੀ ਸ਼ਕਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਕਦੀ ਹੋ ਸਕਦਾ ਕਿ 32 ਸਾਲ ਤੋਂ ਬਾਅਦ ਵੀ ਕਿਸੇ ਐਡੇ ਵੱਡੇ ਪੈਮਾਨੇ 'ਤੇ ਹੋਏ ਕਤਲੇਆਮ ਦੇ ਕੋਈ ਇਨਸਾਫ਼ ਨਾ ਮਿਲ ਸਕੇ। ਇਹ ਧੱਬਾ ਇਸ ਦੇਸ਼ ਦੀ ਡੈਮੋਕ੍ਰੇਸੀ 'ਤੇ, ਔਰ ਇਹ ਧੱਬਾ ਇਸ ਦੇਸ਼ ਦੇ ਜੁਡੀਸ਼ਲ ਸਿਸਟਮ 'ਤੇ ਸਦਾ ਲਈ ਰਹੇਗਾ। ਬਲਕਿ ਮੈਂ ਤਾਂ ਸਮਝਦਾ ਕਿ ਪਾਰਲੀਮੈਂਟ ਆਫ ਇੰਡੀਆ ਨੂੰ ਇਹ ਮਤਾ ਪਾਸ ਕਰਨਾ ਚਾਹੀਦਾ ਵਾ, ਔਰ ਮਾਫ਼ੀ ਮੰਗਣੀ ਚਾਹੀਦੀ। ਦੇਰ ਇਜ਼ ਨੋ ਹਾਰਮ, ਜਦੋਂ ਤੁਸੀਂ ਅਪੋਲੋਜਾਈਜ਼ ਕਰਦੇ ਹੋ ਕਿਸੇ ਗੱਲ ਲਈ, ਅਪੋਲੋਜੀ ਨਾਲ ਬੰਦਾ ਕਦੀ ਛੋਟਾ ਨਹੀਂ ਹੁੰਦਾ, ਅਪੋਲੋਜੀ ਦੇ ਨਾਲ ਬੰਦਾ ਵੱਡਾ ਹੁੰਦਾ। ਔਰ ਇਹਦੇ ਉਦਾਹਰਣ ਮੈਂ ਪਹਿਲਾਂ ਵੀ ਦੇ ਚੁੱਕਾ ਵਾਂ, ਕਾਮਾਗਾਟਾ ਮਾਰੂ ਦੇ ਇੰਸੀਡੈਂਟ ਦਾ, ਕੈਨੇਡੀਅਨ ਪਾਰਲੀਮੈਂਟ ਵਿੱਚ ਹੁਣੇ ਹੀ ਜਸਟਿਨ ਟਰੂਡੋ ਨੇ 100 ਸਾਲ ਬਾਅਦ ਮਾਫ਼ੀ ਮੰਗੀ ਹੈ ਕਿ ਸਾਡੇ ਉਸ ਵਕਤ ਦੇ ਸ਼ਾਸਕਾਂ ਤੋਂ ਸਾਡੇ ਤੋਂ ਗਲਤੀ ਹੋਈ ਆ, ਸਾਨੂੰ ਇਹ ਉਦੋਂ ਰੰਗ ਭੇਦ ਦਾ ਫਰਕ ਕਰਕੇ ਅਤੇ ਕਾਮਾਗਾਟਾ ਮਾਰੂ ਦੇ ਇੰਸੀਡੈਂਟ 'ਚ ਜੋ ਅੱਤਿਆਚਾਰ ਕੀਤਾ, ਜੋ ਅਸੀਂ ਉੱਥੇ ਬੰਦੇ ਮਰ ਗਏ, ਉਹ ਸਾਨੂੰ ਨਹੀਂ ਸੀ ਕਰਨਾ ਚਾਹੀਦਾ। ਉਹਦੇ ਨਾਲ ਕੈਨੇਡੀਅਨ ਗਵਰਨਮੈਂਟ ਦਾ ਅਤੇ ਕੈਨੇਡੀਅਨ ਲੋਕਾਂ ਦਾ ਸਿਰ ਉੱਚਾ ਆਇਆ ਸਾਰੇ ਵਿਸ਼ਵ ਦੇ ਵਿੱਚ। ਸੋ ਇਸ ਲਈ ਇੱਕ ਤਾਂ ਇਹ ਬਹੁਤ ਮੰਦਭਾਗਾ ਬਿਆਨ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੈਲਕਮ ਕਰਨਾ ਚਾਹੀਦਾ, ਸਗੋਂ ਸੱਜਣ ਸਿੰਘ ਨੂੰ ਪੰਜਾਬ ਦੇ ਵਿੱਚ ਬੁਲਾ ਕੇ ਉਹਨਾਂ ਦੀ ਇੱਕ ਰਿਸੈਪਸ਼ਨ ਰੱਖ ਕੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਬੁਲਾ ਕੇ ਉਹਨਾਂ ਦਾ ਮਾਣ ਕਰਨਾ ਚਾਹੀਦਾ ਔਰ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ। ਦੂਸਰਾ, ਅੱਜ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਨੌਜਵਾਨਾਂ ਦੇ ਨਾਲ, ਸਟੂਡੈਂਟਸ ਦੇ ਨਾਲ ਜੋ ਅੱਤਿਆਚਾਰ ਹੋਇਆ 2 ਦਿਨ ਪਹਿਲਾਂ, ਦੈਟ ਇਜ਼ ਆਲਸੋ ਵੈਰੀ ਅਨਫੋਰਚੁਨੇਟ, ਕਿਉਂਕਿ ਬੱਚੇ ਜਿਹੜੇ ਨੇ ਉਹ ਆਪਣਾ ਭਵਿੱਖ ਆ। ਆਈ ਡੋਂਟ ਥਿੰਕ ਕਿ ਬੱਚਿਆਂ ਨੇ ਕੋਈ ਮਿੱਥ ਕੇ ਕਿਸੇ ਤਰ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਜਾਂ ਉਹਨਾਂ ਨੇ ਕੋਈ ਪਲੈਨ ਕਰਕੇ ਪੁਲਿਸ ਦੇ ਉੱਤੇ ਹਮਲਾ ਕੀਤਾ। ਹਾਂ, ਇਹ ਸਾਰਾ ਸਪੋਂਟੇਨੀਅਸ ਹੋ ਜਾਂਦਾ ਕਿਉਂਕਿ ਉਹ ਪ੍ਰੋਟੈਸਟ ਕਰ ਰਹੇ ਸੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਬੈਠ ਕੇ ਕਈ ਦਿਨਾਂ ਤੋਂ, ਕਿ ਸਾਡੀਆਂ ਜਿਹੜੀਆਂ ਫੀਸਾਂ ਵਧਾਈਆਂ ਨੇ ਕੋਲ ਵੱਖ ਵੱਖ ਕੋਰਸਿਸ ਦੀਆਂ, ਦੇ ਆਰ ਟੂ ਮੱਚ, ਲਾਈਕ ਆਈ ਥਿੰਕ ਇਟ ਇਜ਼ ਫਰੋਮ 10% ਤੋਂ ਲੈ ਕੇ 1100% ਤੱਕ ਸਟੂਡੈਂਟਸ ਦੀ ਫੀਸ ਵਧਾਈ ਗਈ ਪੰਜਾਬ ਯੂਨੀਵਰਸਿਟੀ ਵਿੱਚ। ਸੋ ਉਹ ਪ੍ਰੋਟੈਸਟ ਕਰ ਰਹੇ ਸੀਗੇ, ਅਤੇ ਪੁਲਿਸ ਨੇ ਜਦੋਂ ਉਹ ਪ੍ਰੋਟੈਸਟ ਕਰਦੇ ਉਹਨਾਂ ਨੇ ਮੇਰੇ ਖਿਆਲ ਵਾਈਸ ਚਾਂਸਲਰ ਦੇ ਆਫਿਸ ਨੂੰ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ। ਹੋ ਸਕਦਾ ਥੋੜ੍ਹੀ ਜਿਹੀ ਸਟੂਡੈਂਟਸ ਤੋਂ ਵੀ ਗਰਮ ਜੋਸ਼ੀ ਆਈ ਹੋਵੇ, ਤਾਂ ਉਸ ਵਕਤ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਨਾਲ ਰਿਟੋਰਟ ਕੀਤਾ। ਮੈਂ ਵੀਡੀਓਜ਼ ਦੇਖੀਆਂ ਉਹਨਾਂ ਦੀਆਂ, ਜਿਸ ਢੰਗ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਪਹਿਲਾਂ ਤਾਂ ਪਾਣੀ ਦੀ ਬੁਛਾੜ ਮਾਰੀ, ਲੜਕੀਆਂ ਦੇ ਵੀ ਬਹੁਤ ਬੁਛਾੜਾਂ ਵੱਜੀਆਂ, ਯੂ ਕੈਨ ਗੈਟ ਸੀਰੀਅਸਲੀ ਇੰਜਰਡ ਈਵਨ ਬਾਏ ਵਾਟਰ ਕੈਨਨਸ। ਔਰ ਜਿਸ ਢੰਗ ਦੇ ਨਾਲ ਫਿਰ ਉਹਨਾਂ ਨੇ ਰਾਊਂਡ ਅਪ ਕਰਕੇ ਅਤੇ ਕੁੱਟਿਆ, ਇੱਕ ਸਟੂਡੈਂਟ ਦੀ ਤਾਂ ਤਸਵੀਰ ਆ ਰਹੀ ਸੀ, ਮੈਂ ਕਿਹਾ ਲੀ ਸੀਰੀਅਸਲੀ ਇੰਜਰਡ ਆਲਸੋ, ਮੀਡੀਆ ਪਰਸਨਸ ਵੀ ਇੰਜਰਡ ਨੇ, ਚਲੋ ਪੁਲਿਸ ਵਾਲੇ ਦਲ ਵੀ ਸਾਡੀ ਹਮਦਰਦੀ ਆ, ਉਹ ਵੀ ਇੰਜਰਡ ਨੇ। ਫਿਰ ਉਹ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਨੇ ਸ਼ਰਨ ਲਈ, ਅਤੇ ਫਿਰ ਉੱਥੋਂ ਉਹਨਾਂ ਨੂੰ ਕੱਢ ਕੇ ਅਰੈਸਟ ਕੀਤਾ ਗਿਆ। ਪਹਿਲਾਂ ਤਾਂ ਸਡੀਸ਼ਨ ਦਾ ਚਾਰਜ ਲਾ ਦਿੱਤਾ, ਸਡੀਸ਼ਨ ਦੇਸ਼ ਧਰੋਹ, ਮੋਦੀ ਸਾਹਿਬ ਮੇਰੇ ਖਿਆਲ ਇਹਨੂੰ ਐਂ ਸਮਝਦੇ ਨੇ ਕਿ ਇੱਥੇ ਕੋਈ ਵੀ ਆਵਾਜ਼ ਉਠਾਉਣੀ, ਕੋਈ ਮੰਗ ਉਠਾਉਣੀ, ਜਿਸ ਤਰ੍ਹਾਂ JNU ਦੇ ਵਿੱਚ ਪਿਛਲੇ ਸਾਲ ਹੋਇਆ ਸੀਗਾ, ਉੱਥੋਂ ਦੇ ਪ੍ਰਧਾਨ ਦੇ ਖਿਲਾਫ ਸਡੀਸ਼ਨ ਚਾਰਜ ਲਾ ਦਿੱਤੇ। ਖੈਰ, ਇਹਨਾਂ ਨੇ ਕੁਛ ਥੋੜ੍ਹੀ ਜਿਹੀ ਅਕਲ ਦਿਖਾਈ, ਸਡੀਸ਼ਨ ਚਾਰਜਸ ਵਾਪਸ ਲੈ ਲਏ ਨੇ, ਪਰ ਦੂਸਰੇ ਮਾਮਲਿਆਂ ਵਿੱਚ ਉਹਨਾਂ ਨੇ ਗ੍ਰਿਫਤਾਰੀ ਪਾ ਕੇ, ਮੇਰੇ ਖਿਆਲ ਉਹਨਾਂ ਦਾ ਪੋਲੀਟੀਕਲ, ਉਹਨਾਂ ਦਾ ਪ੍ਰੋਫੈਸ਼ਨਲ ਕਰੀਅਰ ਖਰਾਬ ਕਰਨ ਵਾਲੀ ਗੱਲ ਜਾ ਰਹੀ ਆ। ਮੈਂ ਸਮਝਦਾ ਕਿ ਵਾਈਸ ਚਾਂਸਲਰ ਐਡਮਿਨਿਸਟ੍ਰੇਸ਼ਨ ਨੂੰ ਬੈਠ ਕੇ ਇਹਨਾਂ ਦੇ ਨਾਲ ਅਕ੍ਰੋਸ ਦਾ ਟੇਬਲ ਗੱਲ ਕਰਨੀ ਚਾਹੀਦੀ ਆ, ਔਰ ਇਹ ਮੁਕੱਦਮੇ ਵਾਪਸ ਲੈਣੇ ਚਾਹੀਦੇ ਆ, ਤਾਂ ਕਿ ਉਹ ਆਪਣੀ ਪੜ੍ਹਾਈ ਠੀਕ ਤਰੀਕੇ ਨਾਲ ਕਰ ਸਕਣ, ਔਰ ਆਉਣ ਵਾਲੇ ਸਮੇਂ ਵਿੱਚ ਕੈਂਪਸਿਸ ਨੂੰ ਪੋਲੀਟੀਸਾਈਜ਼ ਨਾ ਕੀਤਾ ਜਾਵੇ ਫਰੋਮ ਡਿਫਰੈਂਟ ਐਂਗਲਸ, ਵੈਦਰ ਇਟ ਇਜ਼ ਦੀ ਸੈਫਰਨਾਈਜੇਸ਼ਨ ਆਫ BJP's ਏਜੰਡਾ ਔਰ ਈਵਨ ਅਦਰ ਪੋਲੀਟੀਕਲ ਪਾਰਟੀਜ਼, ਦੇ ਸ਼ੁੱਡ ਰਿਫਰੇਨ, ਔਰ ਇਹਨਾਂ ਬੱਚਿਆਂ ਨੂੰ ਆਪਣੀ ਪੜ੍ਹਾਈ ਪੂਰੀ ਕਰ ਲੈਣ ਦਿੱਤੀ ਜਾਵੇ। ਇਹ ਦੋ ਇਸ਼ੂਜ਼ 'ਤੇ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀ, ਮੈਨੂੰ ਪੂਰਨ ਆਸ ਹੈ ਕਿ ਤੁਸੀਂ ਗੌਰ ਕਰੋਗੇ। ਧੰਨਵਾਦ, ਸ਼ੁਕਰੀਆ, ਥੈਂਕ ਯੂ।